प्यारे दोस्तों, मैं हां तुहाडा अपना चंद्र नागपाल ते अज चैनल चरण परदेसी ते लेके आया हां तुहाडा मनपसंद प्रोग्राम तुहाडे चुटकले। दोस्तों, बड़ी खुशी होंदी है कि मेरे प्यारे दोस्त अपने वधिया वधिया चुटकले लिख के सानू भेजदे हन व्हाट्सएप ते। परंतु एक गल मैं स्पष्ट कर देवां दोस्तों कि तुहाडे द्वारा भेजे हुए नॉनवेज चुटकले असी इस चैनल ते नहीं विखा पावांगे। सो उस दे लई माफी चाहुंदा हां ते उम्मीद करदा हां तुसी अगे वी वधिया वधिया चुटकले सानू भेजदे रहोगे ते असी इसे तरीके तुहाडा खुशियां खेड़िया दा ठाकिया नाल स्वागत करदे रहांगे। सो अज असी गल करन लगे हां कि जे अज दी जिंदगी विच वेखिए तां मोबाइल जो है ਉਹ ਹਰ ਕਿਸੇ ਦੀ ਜ਼ਰੂਰਤ ਬਣ ਚੁੱਕੀ ਹੈ। ਜ਼ਰੂਰਤ ਕੀ ਐਵੇਂ ਲੱਗਦਾ ਹੈ ਕਿ ਸਾਡੇ ਸਰੀਰ ਦਾ ਇੱਕ ਅੰਗ ਬਣ ਚੁੱਕਿਆ ਹੈ। ਤੋ ਸਰ ਮੋਬਾਈਲ ਦੇ ਨਾਲ ਜੁੜੇ ਹੋਏ ਸਾਡੇ ਚੁਟਕਲੇ ਭੇਜੇ ਨੇ ਸਾਡੇ ਦੋਸਤਾਂ ਨੇ ਤੇ ਉਹ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਿਹਾ। ਇੱਕ ਵਾਰ ਦੀ ਗੱਲ ਹੈ, ਇੱਕ ਮੁਸਾਫਿਰ ਬੰਬੇ ਪਹੁੰਚਿਆ, ਸਟੇਸ਼ਨ ਦੇ ਉੱਤੇ ਖੜਾ ਹੈ ਤੇ ਅਚਾਨਕ ਉਹਦਾ ਬੈਲੈਂਸ ਖਤਮ ਹੋ ਜਾਂਦਾ। ਉਹ ਇੱਧਰ ਉੱਧਰ ਦੇਖਦਾ ਕਿਤੇ ਕੋਈ ਮੋਬਾਈਲ ਦੀ ਦੁਕਾਨ ਨਜ਼ਰ ਨਹੀਂ ਆਉਂਦੀ। ਤਾਂ ਉਹ ਨਾਲ ਖੜੀ ਇੱਕ ਲੜਕੀ ਨੂੰ ਕਹਿੰਦਾ, ਕਹਿੰਦਾ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਤਾਂ ਮੈਨੂੰ ਦੱਸ ਸਕਦੇ ਹੋ ਕਿ ਰੀਚਾਰਜ ਦੀ ਦੁਕਾਨ ਕਿੱਥੇ ਗਏ? ਮੈਂ ਆਪਣਾ ਮੋਬਾਈਲ ਰੀਚਾਰਜ ਕਰਾ ਸੀ, ਬਹੁਤ ਅਰਜੈਂਟ ਫੋਨ ਕਰਨੇ ਸੀਗੇ। ਕਹਿੰਦੇ ਜੀ ਪਤਾ ਨੀ ਜੀ, ਆਪਾਂ ਤਾਂ ਮੁੰਡਿਆਂ ਕੋਲ ਹੀ ਕਰਾ ਲਈਦੇ। ਇੱਕ ਲੜਕੀ ਨੇ ਆਪਣੇ ਪ੍ਰੇਮੀ ਨੂੰ ਫੋਨ ਕੀਤਾ ਤਾਂ ਉਹ ਛੁੱਟਦੇ ਹੀ ਉਹਨੇ ਫੋਨ ਚੁੱਕਿਆ, ਕਹਿੰਦਾ ਹੈਲੋ, ਹਾਂ ਬੋਲੋ, ਕਿੰਨੇ ਦਾ ਰੀਚਾਰਜ ਕਰਵਾਉਣਾ ਹੈ? ਲੜਕੀ ਬੜੇ ਅਜੀਬ ਜਿਹੜਾ ਨਾ ਬੋਲੀ, ਲੈ ਮੈਂ ਹਜੇ ਤੁਹਾਨੂੰ ਰੀਚਾਰਜ ਨਹੀਂ ਫੋਨ ਕਰ ਸਕਦੀ, ਹੋਰ ਫੋਨ ਨਹੀਂ ਕਰ ਸਕਦੀ। ਕਹਿੰਦਾ ਦੱਸੋ ਮੇਰੀ ਡਾਰਲਿੰਗ, ਹੁਕਮ ਕਰੋ। ਕਹਿੰਦੀ ਅੱਜ ਦੋ ਡਰੈਸਾਂ ਦੀ ਵਾ ਲਓ। ਇੱਕ ਵਾਰ ਸੰਤਾ ਅਮਰੀਕਾ ਚਲਾ ਗਿਆ, ਉੱਥੇ ਉਸਦੀ ਮੁਲਾਕਾਤ ਇੱਕ ਪੰਜਾਬ ਦੇ ਵੈਦ ਦੇ ਨਾਲ ਹੋਈ। ਉਹ ਗੱਲੀ ਬਾਤੀ ਉਸਨੇ ਦੱਸਿਆ ਕਿ ਮੈਂ ਇੱਕ ਗੋਲੀਆਂ ਦਾ ਇਜ਼ਾਦ ਕੀਤਾ ਜਿਸ ਦੇ ਨਾਲ ਉਮਰ ਘੱਟੋ ਘੱਟ 5 ਸਾਲ ਘਟਾਈ ਜਾ ਸਕਦੀ ਹੈ। ਬੜਾ ਖੁਸ਼ ਹੋਇਆ, ਕਹਿੰਦਾ ਚਲੋ ਕੋਈ ਨੀ, ਮਿਲਣ ਤੋਂ ਪਹਿਲੀ ਸੈਲਰੀ ਆਪਾਂ ਵੀ ਲਵਾਂਗੇ। ਉਹਨੇ ਘਰ ਫੋਨ ਕੀਤਾ, ਮੰਮੀ ਮੰਮੀ ਮੈਨੂੰ ਨਾ ਇੱਕ ਵੈਦ ਮਿਲਿਆ ਆਪਣੇ ਨੇੜੇ ਪਿੰਡਾਂ ਦਾ ਤੇ ਉਹਨੇ ਇੱਕ ਗੋਲੀ ਬਣਾਈ ਹੈ ਜਿਸ ਦੇ ਨਾਲ ਇੱਕ ਗੋਲੀ ਖਾਣ ਨਾਲ 5 ਸਾਲ ਉਮਰ ਘੱਟ ਸਕਦੀ ਹੈ। ਮੈਂ ਤਨਖਾਹ ਮਿਲਣ ਦੇ ਨਾਲ ਤੁਹਾਨੂੰ ਭੇਜੂੰਗਾ। ਥੋੜ੍ਹੇ ਦਿਨ ਬੀਤੇ, ਉਹਨੂੰ ਤਨਖਾਹ ਮਿਲ ਗਈ ਤੇ ਸੰਤੇ ਨੇ ਕੀ ਕੀਤਾ, ਗੋਲੀਆਂ ਦਾ ਇੱਕ ਪੈਕਟ ਖਰੀਦਿਆ ਤੇ ਬੜਾ ਚਾਅ ਹੁੰਦਾ ਆਪਣੇ ਪਿੰਡ ਭੇਜਣ ਦਾ, ਉਹਨੇ ਮਾਂ ਨੂੰ ਉਹ ਪੈਕਟ ਭੇਜ ਦਿੱਤਾ ਤੇ ਸਮਾਂ ਬੀਤਦਾ ਗਿਆ। 6 ਮਹੀਨੇ ਬਾਅਦ ਸੰਤਾ ਛੁੱਟੀ ਤੇ ਆਇਆ, ਜੋ ਛੁੱਟੀ ਆਇਆ ਘਰ ਆਇਆ ਤਾਂ ਵੇਖਦਾ ਇੱਕ ਮੁਟਿਆਰ ਕੁੜੀ ਖੜੀ ਹੈ ਸਾਹਮਣੇ ਤੇ ਝਲਕ ਉਹਨੂੰ ਲੱਗਦਾ ਕਿ ਮੇਰੀ ਮਾਂ ਦੀ ਹੈ। ਉਹਦੀ ਮਾਂ ਕਹਿੰਦੀ, ਪੁੱਤ ਲੰਘਿਆ ਲੰਘਿਆ ਮੈਂ ਹੀ ਹਾਂ ਤੇਰੀ ਮਾਂ, ਇਹ ਤੇਰੀਆਂ ਗੋਲੀਆਂ ਨਾਲ ਮੈਂ ਥੋੜੀ ਜਵਾਨ ਹੋ ਗਈ ਹਾਂ। ਕਹਿੰਦਾ ਠੀਕ ਹੈ ਬੇਬੇ। ਪੈਰੀ ਪੈਂਦਾ ਅੰਦਰ ਜਾਂਦਾ, ਵੇਖਦਾ ਮੰਜੇ ਤੇ ਇੱਕ ਜਵਾਕ ਪਿਆ। ਕਹਿੰਦਾ ਪਰ ਉਹ ਤਾਂ ਠੀਕ ਹੈ ਮਾਂ, ਬੜਾ ਜਵਾਕ ਕਿਹਦਾ? ਕਹਿੰਦੀ ਪੁੱਤ ਜਵਾਕ ਨੀ, ਇਹ ਤੇਰਾ ਬਾਪੂ ਹੀ ਹੈ, ਪਰ ਗੋਲੀਆਂ ਥੋੜੀਆਂ ਵੱਧ ਖਾ ਗਿਆ। ਇੱਕ ਵਾਰ ਪਿੰਡ ਦੇ ਵਿੱਚ ਸੰਤਾਂ ਦੇ ਬੰਦਾ ਖੜੇ ਸੀ, ਇੱਕ ਨੌਜਵਾਨ ਆਇਆ, ਕਹਿੰਦਾ ਭਾਈ ਤੁਸੀਂ ਮੇਰੀ ਮੱਝ ਵੇਖੀ ਹੈ? ਸੰਤਾ ਕਹਿੰਦਾ ਉਹ ਜਿਹਦੇ ਲੰਬੇ ਲੰਬੇ ਸਿੰਘ ਨੇ। ਬੰਦਾ ਕਹਿੰਦਾ ਉਹ ਜਿਹਦੀ ਪੂੰਛ ਲੰਬੀ ਲੰਬੀ ਹੈ? ਕਹਿੰਦਾ ਹਾਂ। ਕਹਿੰਦਾ ਮੱਝ ਦਾ ਰੰਗ ਵੀ ਕਾਲਾ ਹੈ? ਕਹਿੰਦਾ ਹਾਂ। ਕਹਿੰਦਾ ਭਰਾਵਾ ਅਸੀਂ ਤਾਂ ਵੇਖੀ ਨੀ, ਅੱਗੇ ਜਾ ਕੇ ਪੁੱਛ ਲੈ। ਦੋਸਤੋ, ਇਹ ਸਨ ਚੁਟਕਲੇ ਜੋ ਸਾਨੂੰ ਸੰਗਰੂਰ ਤੋਂ ਭੇਜੇ ਸੀ ਹਰਮਿੰਦਰ ਸਿੰਘ ਜੀ ਨੇ। ਇਸੇ ਤਰੀਕੇ ਤੁਹਾਡੇ ਕੋਲ ਵੀ ਹੋਰ ਵਧੀਆ ਵਧੀਆ ਚੁਟਕਲੇ ਹੋਣਗੇ। ਸੋ ਤੁਸੀਂ ਆਪਣੇ ਚੁਟਕਲੇ ਜੋ ਨੰਬਰ ਸਾਡੀ ਸਕਰੀਨ ਤੇ ਵਟਸਐਪ ਦਾ ਦਿੱਤਾ ਹੋਇਆ 7009092822 ਤੇ ਭੇਜ ਕੇ ਸਾਡੇ ਚੈਨਲ ਚਰਨ ਪਰਦੇਸੀ ਦੇ ਵੇਖ ਸਕਦੇ ਹੋ ਆਪਣੇ ਚੁਟਕਲੇ ਤੁਹਾਡੇ ਚੁਟਕਲੇ ਪ੍ਰੋਗਰਾਮ ਦੇ ਵਿੱਚ। ਸੋ ਵੱਧ ਤੋਂ ਵੱਧ ਚੁਟਕਲੇ ਪਾਓ,
ਪਰ ਬੇਨਤੀ ਇਹੀ ਕਰਦੇ ਹਾਂ ਕਿ ਕੋਈ ਵੀ ਨੌਨ ਵੇਜ ਚੁਟਕਲਾ ਇਸ ਵਿੱਚ ਨਾ ਭੇਜੋ, ਉਹ ਅਸੀਂ ਨਹੀਂ ਦਿਖਾ ਪਾਵਾਂਗੇ। ਸੋ ਧੰਨਵਾਦ। ਅਗਰ ਪਸੰਦ ਆਏ ਹੋਣ ਤਾਂ ਲਾਈਕ ਕਰਨਾ। ਜਿਨ੍ਹਾਂ ਨੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਵਧੀਆ ਵਧੀਆ ਚੁਟਕਲੇ ਹੋਰ ਦੇਖਣਾ ਚਾਹੁੰਦੇ ਹੈ ਤਾਂ ਉਹ ਪਲੀਜ਼ ਸਾਡੇ ਚਰਨ ਪ੍ਰਦੇਸ਼ੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਸੁਝਾਅ ਵੀ ਦੇ ਸਕਦੇ ਹੋ। ਧੰਨਵਾਦ।